ਬਾਬਾ ਫਰੀਦ ਜੀ ਭਗਤੀ ਕਰਦੇ ਆ। ਇੱਕ ਦਿਨ ਸ਼ਬਦ ਅਤੇ ਸੁਰਤ ਦਾ ਮੇਲ ਹੋਣ ਲੱਗਾ। ਨਸੂੜ ਦਾ ਦਰਖਤ ਅਤੇ ਪੱਤੇ ਨੂੰ ਹੱਥ ਲਾਉਣ ਲੱਗੇ ਅਤੇ ਅੱਲਾ ਮੂੰਹ 'ਚੋਂ ਨਿਕਲਿਆ ਅਤੇ ਸੁਰਤ ਜੁੜ ਗਈ। ਕਈ ਮਹੀਨੇ ਉੱਥੇ ਖੜ੍ਹੇ ਹੀ ਰਹੇ। ਉਹ ਜਿਹੜਾ ਨਸੂੜ ਦਾ ਦਰਖਤ ਸਾ, ਉਹਦੇ 'ਤੇ ਘੁੱਗੀ ਅਤੇ ਉਹਦੇ ਬੱਚੇ ਵੀ ਰਹਿੰਦੇ ਨੇ। ਸੁਰਤ ਜੁੜੀ ਹੋਈ ਹੈ, ਖੜ੍ਹੇ ਨੇ ਉੱਥੇ ਆਲਣਿਆਂ ਦੇ ਵਿੱਚ, ਬੱਚੇ ਵੀ ਦੇ ਦਿੱਤੇ। ਉਹਨਾਂ ਨੂੰ ਪਿਆਰ ਕਰਨ ਵਾਲਾ ਸੀਗਾ ਅਲੀ ਮੁੱਲਾ ਅਬਦਾਲ। ਇੱਕ ਦਿਨ ਅਲੀ ਮੁੱਲਾ ਅਬਦਾਲ ਨੇ ਰੌਲਾ ਪਾ ਦਿੱਤਾ। ਫਰੀਦ ਜੀ ਅੱਗ ਲੱਗ ਗਈ ਜੰਗਲ ਦੇ ਵਿੱਚ, ਆਪਾਂ ਇੱਥੋਂ ਭੱਜੀਏ। ਅਬਦਾਲ ਵਾਰ ਵਾਰ, ਅਲੀ ਮੁੱਲਾ ਅਬਦਾਲ ਰੌਲਾ ਪਾ ਰਿਹਾ ਕਿ ਅੱਗ ਲੱਗ ਚੁੱਕੀ ਆ, ਆਪਾਂ ਇੱਥੋਂ ਭੱਜਣਾ ਕਰੀਏ। ਪਰ ਸ਼ਬਦ ਅਤੇ ਸੁਰਤ ਦਾ ਮੇਲ ਹੋਇਆ ਹੋਇਆ ਜੰਗਲ ਸਾਰਾ ਮੱਚ ਚੁੱਕਿਆ। ਜਿੰਨੇ ਥਾਂ 'ਤੇ ਬਾਬਾ ਫਰੀਦ ਜੀ ਖੜ੍ਹੇ ਨੇ, ਉਹ ਦਰਖਤ ਜਿੱਥੇ ਨਸੂੜ ਦਾ ਬਾਕੀ ਜੰਗਲ ਸੜ ਚੁੱਕਿਆ, ਉੱਥੇ ਅੱਗ ਨਹੀਂ ਲੱਗੀ। ਸਮੇਂ ਤੋਂ ਬਾਅਦ ਜਦੋਂ ਵਾਪਸ ਧਿਆਨ ਮੁੜਿਆ ਤੇ ਦੇਖਿਆ ਆਸੇ ਪਾਸੇ ਸਾਰੇ ਅੱਗ ਲੱਗ ਚੁੱਕੀ ਹੈ। ਪੁੱਛਿਆ ਵੀ ਕਿਵੇਂ, ਤੇ ਦੱਸਿਆ ਆਪ ਜੀ ਦੀ ਸੁਰਤ ਲੱਗੀ ਸੀ, ਆਪ ਜੀ ਨੂੰ ਬਿਰਹਾ ਪਰਮਾਤਮਾ ਦੀ ਖਿੱਚ ਪਈ ਹੋਈ ਸੀ। ਆਪ ਜੀ ਦੀ ਪਈ ਖਿੱਚ ਕਰਕੇ ਮੈਂ ਅਤੇ ਘੁੱਗੀ ਆਪਦੇ ਬੱਚਿਆਂ ਨੂੰ ਬਚਾ ਪਾਈ। ਭਾਵ ਜੇ ਇੱਕ ਦੀ ਵੀ ਸੁਰਤ ਜੁੜੀ ਹੋਵੇ ਉਹਦੇ ਕਰਕੇ ਕਈਆਂ ਦਾ ਭਲਾ ਹੋ ਜਾਂਦਾ। ਇਉਂ ਕਰਕੇ ਬਾਬਾ ਫਰੀਦ ਜੀ ਨੇ ਆਪਦੇ ਪ੍ਰੇਮ ਵਾਲੇ ਦਾ, ਉਹ ਜਿਹੜਾ ਉਹਨੇ ਝੋਲਾ ਫੜ ਕੇ ਖੜ੍ਹਾ ਸੀ, ਉਹ ਜਿਹੜੇ ਪੱਤੇ ਨੂੰ ਹੱਥ ਲੱਗਿਆ ਸੀ, ਉਹ ਦਰਖਤ, ਘੁੱਗੀ ਅਤੇ ਆਪਦੇ ਬੱਚਿਆਂ ਨੂੰ ਉਹ ਬਚਾ ਪਾਏ।